ਇਹ ਧਰਤੀ ਤੇ ਸਭ ਤੋਂ ਸੌਖੀ ਮੋਟਰ ਹੈ। ਇਸ ਲਈ ਤੁਹਾਨੂੰ ਨਿਊ ਡਾਇਮੀਅਮ ਦੇ ਮਜ਼ਬੂਤ ਚੁੰਬਕ, ਇੱਕ ਬੈਟਰੀ, ਇੱਕ ਸਕਰਿਊ ਤੇ ਇੱਕ ਤਾਰ ਚਾਹੀਦੀ ਹੈ। ਇੱਕ ਨਟ ਦਾ ਸਿਰ ਚੁੰਬਕ ਦੇ ਨਾਲ ਜੋੜ ਦਿਓ। ਚੁੰਬਕ ਦੇ ਦੂਜੇ ਕੋਨੇ ਤੇ ਇੱਕ ਕਲਿੱਪ ਚਿਪਕਾ ਦਿਓ। ਨਟ ਨੂੰ ਚੁੱਕੋ ਤੇ ਉਸਦੇ ਤਿੱਖੇ ਹਿੱਸੇ ਨੂੰ ਬੈਟਰੀ ਦੇ ਬਟਨ ਨਾਲ ਚਿਪਕਾ ਦਿਓ। ਸ਼ਕਤੀਸ਼ਾਲੀ ਚੁੰਬਕਾਂ ਦੇ ਕਰਕੇ ਇਹ ਅਸੈਂਬਲੀ ਬੈਟਰੀ ਤੋਂ ਲਟਕਦੀ ਵਿਖਾਈ ਦੇਵੇਗੀ। ਇੱਕ ਤਾਰ ਲਵੋ, ਇੱਕ ਕੋਨਾ ਬੈਟਰੀ ਦੇ ਨੈਗੇਟਿਵ ਹਿੱਸੇ ਨਾਲ ਜੋੜ ਦਿਓ ਅਤੇ ਦੂਜਾ ਚੁੰਬਕ ਤੇ। ਹੈਰਾਨੀ ਦੀ ਗੱਲ ਹੈ ਕਿ ਚੁੰਬਕ ਘੁੰਮਣ ਲੱਗੇਗੀ। ਇਹ ਬਹੁਤ ਤੇਜ਼ ਘੁੰਮੇਗੀ। ਇਸ ਮੋਟਰ ਨੂੰ ਸੈੱਟ ਕਰਨ ਲਈ ਇੱਕ ਮਿੰਟ ਤੋਂ ਵੀ ਘੱਟ ਸਮਾਂ ਲੱਗਦਾ ਹੈ। ਇਹ ਇੱਕ ਅਦਭੁਤ ਮੋਟਰ ਹੈ।